ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ, ਜੈ ਮਸਤਾਂ ਦੀ। ਦੋਸਤੋ, ਅੱਜ ਦੀ ਜੋ ਵੀਡੀਓ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ, ਇਹ ਵੀਡੀਓ ਦੇ ਵਿੱਚ ਉਹਨਾਂ ਵਾਸਤੇ ਹੈ ਜਿਨ੍ਹਾਂ ਦੇ ਉੱਤੇ ਇੱਕਦਮ ਜਦੋਂ ਕਹਿ ਲਓ ਕਿ ਖੜੇ ਖੜਾਏ ਕੋਈ ਬਿਪਤਾ ਪੈ ਗਈ, ਭੀੜ ਪੈ ਗਈ, ਮੁਸ਼ਕਲ ਪੈ ਗਈ, ਜਿੱਥੇ ਕੋਈ ਵੀ ਸਾਥ ਨਹੀਂ ਦਿੱਤਾ, ਕਿਸੇ ਨੇ ਖੜੇ ਨਹੀਂ ਹੋਇਆ ਕੋਈ ਤੁਹਾਡੇ ਨਾਲ, ਅਤੇ ਭੀੜ 'ਚੋਂ ਨਿਕਲਣਾ ਕਿੱਦਾਂ ਹੈ, ਇਸ ਭੀੜ 'ਚੋਂ ਨਿਕਲਣ ਵਾਸਤੇ ਤੁਹਾਨੂੰ ਇਹ ਟਾਲਾ ਦੇਣ ਜਾ ਰਹੇ ਹਾਂ। ਭੀੜ ਕੋਈ ਵੀ ਵੱਡੀ ਤੋਂ ਵੱਡੀ ਕਿਉਂ ਨਾ ਹੋਵੇ, ਤੁਹਾਨੂੰ ਮਿੰਟਾਂ ਸਕਿੰਟਾਂ 'ਚੋਂ ਕੱਢ ਦੇਗੀ। ਬਸ ਤੁਸੀਂ ਕਰਨਾ ਕੀ ਹੈ, ਇਸ ਵੀਡੀਓ ਨੂੰ ਜਿਹੜਾ ਚੰਗੀ ਤਰ੍ਹਾਂ ਦੇਖ ਲੈਣਾ, ਸੁਣ ਲੈਣਾ, ਕਿਉਂ ਕਰਕੇ ਵੀਡੀਓ ਦੇ ਵਿੱਚ ਗੱਲਬਾਤ ਪੂਰੀ ਸਮਝਾਈ ਜਾਏਗੀ। ਅਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ, ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ, ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ, ਤਾਂ ਕਿ ਆਉਣ ਵਾਲੀਆਂ ਵੀਡੀਓ ਸਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ। ਹੁਣ ਗੱਲ ਕਰਦੇ ਹਾਂ ਜੀ ਉਸ ਢਾਲੇ ਦੀ ਜਿਹੜਾ ਵੱਡੀ ਤੋਂ ਵੱਡੀ ਬਿਪਤਾ ਨੂੰ ਦੂਰ ਕਰ ਦੂਗਾ। ਵੱਡੀ ਵੀ ਕੋਈ ਮੁਸ਼ਕਲ ਤੁਹਾਡੇ 'ਤੇ ਪੈ ਗਈ ਹੋਵੇ, ਖੜੇ ਖੜਾਏ, ਤਾਂ ਉਹਨੂੰ ਮਿੰਟਾਂ 'ਚ ਦੂਰ ਕਰੇਗੀ ਜਦੋਂ ਤੁਸੀਂ ਇਸ ਢਾਲੇ ਨੂੰ ਕੀਤਾ ਉਦੋਂ। ਪਰ ਜ਼ਰੂਰੀ ਨਹੀਂ ਇਹ ਕਿ ਇਹ ਬਿਪਤਾ ਪੈਣ 'ਤੇ ਹੀ ਕਰ ਸਕਦੇ ਹਾਂ, ਤੁਸੀਂ ਇਹਨੂੰ ਆਪਣੀ ਮੁਸ਼ਕਲਾਂ ਦੂਰ ਕਰਨ ਵਾਸਤੇ ਵੀ ਇਹਨੂੰ ਪ੍ਰਯੋਗ ਕਰ ਸਕਦੇ ਹਾਂ। ਇਹਦੇ ਵਿੱਚ ਤੁਹਾਨੂੰ ਮੈਂ ਤਾਂ ਦੋ ਚੀਜ਼ਾਂ ਦੱਸਤੀਆਂ ਵੀ ਚਾਹੇ ਭੀੜ ਪੈ ਜਾਵੇ, ਚਾਹੇ ਕੋਈ ਮੁਸ਼ਕਲ ਕੰਮ ਹੋਵੇ, ਮੁਸ਼ਕਲਾਂ ਪੈ ਗਈਆਂ ਹੋਏ, ਕੋਈ ਕੰਮ ਅੜ ਗਿਆ ਹੋਵੇ, ਤਾਂ ਵੀ ਇਹ ਕਢਾਉਣ ਨੂੰ ਬਹੁਤ ਟਾਲਾ ਕੰਮਦਾਰ ਆ। ਠੀਕ ਹੈ, ਜਿੱਦਾਂ ਮੰਨ ਲਓ ਤੁਸੀਂ ਹੁਣ ਕਿਸੇ ਵੀ ਕੋਰਟ ਕਚਹਿਰੀ ਦੇ ਕੇਸ 'ਚ ਫਸ ਗਏ, ਮੁਸ਼ਕਲ ਪੈ ਗਈ, ਇੱਕਦਮ ਖੜੇ ਖੜਾਏ, ਪਤਾ ਨਹੀਂ ਲੱਗਾ ਇੱਕਦਮ ਹੀ ਕੇਸ ਬਣ ਗਿਆ ਅਤੇ ਕੇਸ ਪੈ ਗਿਆ, ਅਤੇ ਬਸ ਜੇ ਤੁਹਾਡੇ ਉੱਤੇ ਇਹ ਚੀਜ਼ ਹੋਈ ਹੈ ਤਾਂ ਤੁਸੀਂ ਇਹ ਟਾਲਾ ਵੀ ਕਰ ਦੇਣਾ, ਤੁਹਾਡਾ ਜਿਹੜਾ ਕੇਸ ਹੈ ਉਹਦੇ 'ਚੋਂ ਤੁਸੀਂ ਜਿੱਤ ਜਾਓਗੇ, ਤੁਸੀਂ ਹਾਰੋਂਗੇ ਨਹੀਂ ਉਸ ਕੇਸ 'ਚ, ਉਸ ਕੇਸ ਦੇ ਵਿੱਚੋਂ ਤੁਹਾਨੂੰ ਜਿੱਤ ਪ੍ਰਾਪਤ ਹੋਏਗੀ। ਅਤੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਹੋਵੇ ਜਿਹ 'ਚ ਤੁਹਾਡਾ ਝੂਠਾ ਨਾਮ ਲੱਗ ਜਾਵੇ, ਇੱਕ ਝੂਠਾ ਨਾਮ ਲੱਗਣਾ ਹੁੰਦਾ, ਉਹਦੇ ਵਿੱਚ ਵੀ ਜਦੋਂ ਤੁਸੀਂ ਇਹ ਟਾਲਾ ਕਰ ਦਿੱਤਾ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਜਦੋਂ ਤੁਸੀਂ ਇਸ ਟਾਲੇ ਨੂੰ ਕੀਤਾ, ਆਪਣੀ ਜਿਹੜੀ ਤੁਹਾਡੇ 'ਤੇ ਉੱਤੇ ਮੁਸੀਬਤ ਪਈ ਹੈ, ਝੂਠ ਦਾ ਤੁਹਾਡੇ 'ਤੇ ਇਲਜ਼ਾਮ ਲੱਗ ਗਿਆ ਹੋਵੇ, ਤਾਂ ਉਸ ਝੂਠ ਦੇ ਵਿੱਚੋਂ ਤੁਸੀਂ ਬਾਹਰ ਆ ਜਾਓਗੇ, ਜਿੱਤ ਜਾਓਗੇ, ਤੁਹਾਡਾ ਜਿਹੜਾ ਸੱਚ ਹੈ ਸਾਹਮਣੇ ਆਊਗਾ। ਅਤੇ ਵੀਡੀਓ ਨੂੰ ਫਿਰ ਪੂਰੀ ਜ਼ਰੂਰ ਦੇਖਿਆ ਕਰੋ, ਫਿਰ ਗੱਲਾਂ ਸਮਝ ਨਹੀਂ ਆਉਂਦੀਆਂ, ਕਿਉਂ ਕਰਕੇ ਅਸੀਂ ਸਾਰੀ ਗੱਲ ਸਮਝਾ ਦਿੰਦੇ ਹਾਂ ਟਾਲੇ ਦੀ। ਹੁਣ ਇਹਦਾ ਪ੍ਰਯੋਗ ਹੋਰ ਕਿੱਥੇ ਕਿੱਥੇ ਹੁੰਦਾ, ਤੁਸੀਂ ਇਹ ਦੇਖ ਲੈਣਾ ਕਿ ਜਿਹਦਾ ਕੋਈ ਕਹਿ ਲਓ ਮੁਸ਼ਕਲ ਆ ਗਈ ਕਿਸੇ ਦੇ ਕੰਮ ਦੇ ਵਿੱਚ, ਕੋਈ ਕੰਮ ਆ ਇੱਦਾਂ ਦਾ ਕੰਮ ਆ ਜਿਹੜਾ ਨਹੀਂ ਹੋ ਰਿਹਾ, ਤੁਹਾਨੂੰ ਲੱਗਦਾ ਹੋਵੇ ਕਿ ਮੇਰਾ ਆਹ ਜਿਹੜਾ ਕੰਮ ਆ ਮੇਰੇ ਇੰਨੇ ਦਿਨਾਂ 'ਚ ਪੂਰਾ ਹੋ ਜਾਵੇ, ਹੈ ਨਾ, ਜੇ ਉਹ ਕੰਮ ਤੁਹਾਡਾ 2 ਦਿਨਾਂ ਦੇ ਵਿੱਚ ਪੂਰਾ ਹੋ ਜਾਊਗਾ, ਪਰ ਫਿਰ ਵੀ ਇਸ ਟਾਲੇ ਨੂੰ ਉਨੇ ਦਿਨ ਕਰਨਾ ਪੈਣਾ ਜਿੰਨੇ ਦਿਨ ਅਸੀਂ ਦੱਸਾਂਗੇ, ਕਿਉਂ ਕਰਕੇ ਇਹ ਜਿਹੜਾ ਟਾਲਾ ਆ ਕੰਮ ਬਹੁਤ ਤੇਜ਼ ਕਰਦਾ, ਕਿਉਂ ਕਰਕੇ ਖਵਾਜੇ ਪੀਰ ਦਾ, ਖਵਾਜੇ ਵਲੀ ਦਾ ਟਾਲਾ ਆ ਜਿਹੜਾ ਮਿੰਟਾਂ 'ਚ ਕੰਮ ਕੱਢਦਾ, ਮਿੰਟਾਂ ਦੇ ਵਿੱਚ ਕੰਮ ਤੋਰ ਕੇ ਉਹ ਮਾਰਦਾ ਪਰੇ ਨੂੰ। ਪਰ ਲੋਕ ਜਦੋਂ ਇਹਦੀ ਓਟ ਤੱਕ ਲਿਆ ਜਾਵੇ, ਜਿਹਦੀ ਖਵਾਜੇ ਦੀ ਜਿਹਨੇ ਓਟ ਤੱਕ ਲਈ, ਉਹ ਕਦੀ ਵੀ ਹਾਰ ਨਹੀਂ ਮੰਨ ਸਕਦਾ, ਨਾ ਉਹ ਕਿਸੇ ਵੀ ਕੰਮ ਦੇ ਵਿੱਚ ਉਹ ਪਿੱਛੇ ਰਹਿ ਸਕਦਾ ਹੈ। ਉਹ ਤਾਂ ਕਿੱਡੀਆਂ ਵੀ ਕੋਈ ਕੁਛ ਮੁਸ਼ਕਲਾਂ ਆ ਜਾਣ, ਉਹਨੂੰ ਹਰ ਮੁਸ਼ਕਲ ਦੇ ਵਿੱਚੋਂ ਕੱਢ ਕੇ ਲੈ ਕੇ ਜਾਂਦੇ ਨੇ। ਪੀਰ ਬਹੁਤ ਦਿਆਲੂ ਪੀਰ ਨੇ, ਇਹਨਾਂ ਨੂੰ ਹਮੇਸ਼ਾ
ਖੁਸ਼ ਕਰਨ ਦੇ ਨਾਲ ਹੀ ਸਾਰੇ ਕੰਮ ਹੁੰਦੇ, ਇਹਨਾਂ ਨੂੰ ਖੁਸ਼ ਰੱਖਿਆ ਕਰੋ, ਇਹਨਾਂ ਦੀ ਅਰਦਾਸ ਬੇਨਤੀ ਵੀ ਕਰਿਆ ਕਰੋ, ਇਹਨਾਂ ਦਾ ਨਾਮ ਵੀ ਜਪਿਆ ਕਰੋ, ਅਤੇ ਤੁਹਾਨੂੰ ਕਦੀ ਵੀ ਕੋਈ ਭੀੜ ਨਹੀਂ ਪੈ ਸਕਦੀ। ਇਹ ਹੁਣ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂ ਕਰਕੇ ਇਹ ਹਰ ਵੱਡੇ ਕੰਮਾਂ ਨੂੰ ਪੂਰੇ ਕਰਦੇ ਨੇ, ਹਰ ਮੁਸ਼ਕਲ ਨੂੰ ਦੂਰ ਕਰਦੇ ਨੇ। ਅਤੇ ਜੇ ਹੁਣ ਤੁਸੀਂ ਮੰਨ ਲਓ ਤੁਹਾਡਾ, ਜਿੱਦਾਂ ਹੁਣ ਮੈਂ ਅੜਚਣਾਂ ਦੀ ਗੱਲ ਕੀਤੀ ਹੈ, ਜਿੱਦਾਂ ਭੀੜ ਪੈ ਗਈ, ਮੁਸ਼ਕਲ ਆ ਗਈ, ਵਿਆਹ ਦੀ ਕੋਈ ਅੜਚਣ ਆਈ ਹੋਈ ਹੈ, ਵਿਆਹ ਦੇ ਵਿੱਚ ਵਿਆਹ ਨਹੀਂ ਹੋ ਰਿਹਾ, ਵਿਆਹ 'ਚ ਮੁਸ਼ਕਲਾਂ ਆ ਰਹੀਆਂ, ਕੋਈ ਸੰਤਾਨ ਨਹੀਂ ਹੋ ਰਹੀ, ਤਾਂ ਵੀ ਤੁਸੀਂ ਇਸ ਟਾਲੇ ਨੂੰ ਕਰ ਸਕਦੇ ਹੋ, ਕਿਉਂ ਕਰਕੇ ਇਹ ਟਾਲਾ ਬਹੁਤ ਹੀ ਜ਼ਬਰਦਸਤ ਹੈ। ਅਤੇ ਹੁਣ ਇਸ ਟਾਲੇ ਨੂੰ ਤੁਸੀਂ ਕਰਨਾ ਕਿੱਦਾਂ, ਪਹਿਲਾਂ ਹੁਣ ਉਹ ਸੁਣ ਲਓ, ਬਾਕੀ ਦੀ ਗੱਲ ਤੁਹਾਨੂੰ ਮੈਂ ਫੇਰ ਸਮਝਾ ਦਿੰਦਾ। ਦੇਖੋ ਇਹ ਤੁਸੀਂ ਕੀ ਕਰਨੇ ਆ, 7 ਲੱਡੂ ਲੈਣੇ ਆ, ਬੂੰਦੀ ਵਾਲੇ, ਮੋਟੀ ਬੂੰਦੀ ਵਾਲੇ ਲੱਡੂ ਲੈਣੇ, ਬਰੀਕ ਵਾਲੇ ਨਹੀਂ ਲੈਣੇ, ਮੋਟੀ ਬੂੰਦੀ ਵਾਲੇ 7 ਲੱਡੂ ਲੈ ਲੈਣੇ ਆ। 7 ਲੱਡੂ ਉਸ ਬੰਦੇ ਦੇ ਸਿਰ ਤੋਂ ਚੜ੍ਹਾਉਣੇ ਆ ਜਿਹਦੇ ਉੱਤੇ ਭੀੜ ਪਈ ਹੈ, ਜਿਹਦੇ ਉੱਤੇ ਮੁਸ਼ਕਲ ਹੈ, ਜਿਹਦਾ ਵੀ ਕੋਈ ਕੰਮ ਹੈ, ਕੋਈ ਦਿੱਕਤ ਪਰੇਸ਼ਾਨੀ ਜਿੱਥੇ ਆ ਰਹੀ ਹੈ, ਉਸ ਬੰਦੇ ਦੇ ਸਿਰ ਤੋਂ ਲੱਡੂ 7 ਵਾਰ ਚੁਹਾ ਲੈਣੇ ਆ। ਠੀਕ ਹੈ, ਲੱਡੂ ਇਹ ਸਿੱਧੇ ਚੁਹਾਉਣੇ ਆ, ਜੇ ਪੁੱਠਾ ਸਿੱਧਾ ਵਾਲਾ ਕੋਈ ਕੰਮ ਨਹੀਂ, ਇਹ 'ਚ ਸਿੱਧਾ ਕੰਮ ਹੈ, ਇਹ ਸਿੱਧਾ ਕੰਮ ਕਰਨਾ ਆਪਾਂ। ਲੱਡੂ ਸਿੱਧੇ ਚੁਹਾ ਕੇ ਤੁਸੀਂ ਖਵਾਜੇ ਪੀਰ ਅੱਗੇ ਬੇਨਤੀ ਕਰ ਦੇਣੀ ਆ ਕਿ ਸਰਕਾਰ ਇਹ ਤੁਹਾਡਾ ਦੇਣ ਆ, ਜਿਹੜਾ ਤੁਹਾਡਾ ਭੋਗ ਪ੍ਰਸ਼ਾਦ ਤੁਹਾਡਾ ਲੈ ਕੇ ਆਏ ਹਾਂ, ਸਾਡੇ 'ਤੇ ਆਹ ਭੀੜ ਪਈ ਆ, ਆਹ ਮੁਸ਼ਕਲ ਪਈ ਆ, ਸਾਡੇ ਨਾਲ ਸਹਾਈ ਹੋਵੋ, ਸਾਡੇ ਨਾਲ ਖੜੇ ਹੋ ਕੇ ਸਾਡੀ ਮੁਸ਼ਕਲ ਨੂੰ ਦੂਰ ਕਰੋ, ਸਾਡੇ ਦੁੱਖਾਂ ਦਾ ਨਾਸ਼ ਕਰੋ, ਸਾਡੇ ਦੁਸ਼ਮਣਾਂ ਦਾ ਨਾਸ਼ ਕਰੋ, ਸਾਨੂੰ ਹਰ ਥਾਂ ਤੋਂ ਜਿੱਤ ਪ੍ਰਾਪਤ ਹੋਵੇ, ਜੋ ਵੀ ਤੁਹਾਡੀ ਮਨੋਕਾਮਨਾ ਆ ਪੂਰੀ ਹੋਵੇਗੀ। ਤੁਸੀਂ ਉਹ ਜਿਹੜੇ ਲੱਡੂ ਹੈ, ਜਿਹੜੇ 7 ਲੱਡੂ ਤੁਸੀਂ ਲਏ ਹੋਣੇ ਆ ਬੂੰਦੀ ਵਾਲੇ, ਉਹ ਤੁਸੀਂ ਭੋਰ ਦੇਣੇ ਆ, ਭੋਰ ਕੇ ਨਾਲੇ ਪਾਣੀ ਦੇ ਵਿੱਚ ਪਾ ਦੇਣੇ ਆ। ਬਸ ਤੁਸੀਂ ਇਹ ਐਤਵਾਰ ਨੂੰ ਸ਼ੁਰੂ ਕਰਕੇ, ਐਤਵਾਰ ਤੋਂ ਸ਼ੁਰੂ ਕਰਕੇ ਅਗਲੇ ਐਤਵਾਰ ਤੱਕ ਲਗਾਤਾਰ ਦੇਣੇ ਆ। ਬਸ ਤੁਸੀਂ 7 ਲੱਡੂ ਰੋਜ਼ ਲੈ ਕੇ ਜਾਣੇ ਆ, ਐਤਵਾਰ ਤੋਂ ਸ਼ੁਰੂ ਕਰਨੇ ਅਤੇ ਅਗਲੇ ਐਤਵਾਰ ਤੱਕ ਇਹ ਪਾਉਣੇ ਆ। ਦੇਖਿਓ ਤੁਹਾਡੇ ਕੋਈ ਹੋਰ ਵੀ ਕੰਮ ਹੋਣਗੇ ਨਾ, ਉਹ ਵੀ ਪੂਰੇ ਹੋ ਜਾਣਗੇ। ਇਹਨਾਂ ਇਸ ਜਿਹੜਾ ਇਹ ਜਿਹੜਾ ਢਾਲਾ ਹੈ, ਇਹ ਵਰਤਿਆ ਹਰ ਥਾਂ 'ਤੇ ਜਾਂਦਾ ਹੈ, ਇੱਥੇ ਕੋਈ ਮੁਸ਼ਕਲ ਪੈ ਗਈ ਹੋਵੇ, ਕੋਈ ਵੀ ਕੰਮ ਹੈ ਨਾ, ਸਾਰੇ ਕੰਮ ਨਿਕਲਦੇ ਆ। ਇਹ ਢਾਲਾ ਬੜਾ ਬਾਕਮਾਲ ਢਾਲਾ ਹੈ, ਇਹਨੂੰ ਕਰ ਲਈਓ ਤਾਂ ਕਿ ਜ਼ਿਆਦਾ ਅਸੀਂ ਉਹਦੇ ਵਿੱਚ ਡੂੰਘਿਆਈ 'ਚ ਨਹੀਂ ਜਾਂਦੇ ਹੁੰਦੇ, ਤਾਂ ਕਿ ਚੀਜ਼ ਜਿਹੜੀ ਪੁਆਇੰਟ 'ਤੇ ਤੁਹਾਨੂੰ ਦੱਸ ਦਈ ਦੀ ਹੈ ਵੀ ਆਹ ਕੰਮ ਤੁਸੀਂ ਕਰਨਾ, ਅਤੇ ਇੱਦਾਂ ਜਿੱਦਾਂ ਤੁਹਾਨੂੰ ਅਸੀਂ ਦੱਸਿਆ ਤੁਸੀਂ ਉੱਦਾਂ ਕਰ ਲੈਣਾ, ਤੁਹਾਡੇ ਸਾਰੇ ਕੰਮ ਰਾਸ ਹੋ ਜਾਣਗੇ, ਕਿਤੇ ਕੋਈ ਮੁਸ਼ਕਲ ਨਹੀਂ ਆਉਂਦੀ, ਕਿਤੇ ਕੋਈ ਭੀੜ ਨਹੀਂ ਪੈਂਦੀ। ਇਹੀ ਸਾਡੀ ਵੀਡੀਓ ਸੀ, ਜੇ ਚੰਗੀ ਲੱਗੀ ਹੈ ਤਾਂ ਲਾਈਕ, ਕਮੈਂਟ, ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ, ਤਾਂ ਕਿ ਸਾਨੂੰ ਵੀ ਹੌਸਲਾ ਮਿਲਦਾ ਰਹਿੰਦਾ। ਜੈ ਪੀਰਾਂ ਦੀ, ਜੈ ਮਸਤਾਂ ਦੀ, ਮਾਲਕ ਭਲੀ ਕਰਿਆ।